ਅੱਜ ਮੋਗਾ ਦੇ ਪਿੰਡ ਸਾਂਝ ਕਲਾਂ ਵਿਖੇ ਰੂਰਲ ਐਨ ਜੀ ਓ ਅਤੇ ਯੂਥ ਵੈਲਫੇਅਰ ਕਲੱਬ ਅਤੇ ਸਪੋਰਟਸ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਦੇ ਪਤੀ ਸਰਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਇਹ 7ਵਾਂ ਖੂਨਦਾਨ ਕੈਂਪ ਹੈ। ਅੱਜ ਵੀ ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਦਾ ਉਤਸ਼ਾਹ ਦੇਖਣ ਯੋਗ ਸੀ, ਜਿਸ ਕਾਰਨ ਇਸ ਕੈਂਪ ਵਿੱਚ 100 ਦੇ ਕਰੀਬ ਯੂਨਿਟ ਇਕੱਠੇ ਕੀਤੇ ਗਏ। ਅੱਜ ਪਿੰਡ ਤੋਂ ਸਾਂਝ ਵਿਖੇ ਖੂਨਦਾਨ ਕੈਂਪ ਜੋ ਲੱਗ ਰਿਹਾ, ਇਹ ਤਕਰੀਬਨ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਹੈਗੇ ਕਲੱਬ ਬਣਿਆ ਹੈਗਾ ਸਰਦਾਰ ਮਹਿੰਦਰਪਾਲ ਜੀ ਲੂੰਬਾ, ਉਹਨਾਂ ਦੀ ਦੇਖ ਰੇਖ ਪਹਿਲਾਂ ਵੀ 6 ਕੈਂਪ ਲੱਗ ਚੁੱਕੇ ਆ ਔਰ ਪਿੰਡ ਵਾਸੀ ਇਸ ਵਿੱਚ ਵੱਧ ਵੱਧ ਯੋਗਦਾਨ ਪਾਉਂਦੇ ਆ। ਅਤੇ ਅੱਜ ਮੈਂ ਧੰਨਵਾਦ ਕਰੂੰਗਾ ਸਾਰੇ ਕਲੱਬ ਦਾ, ਪੰਚਾਇਤ ਦਾ ਅਤੇ ਸਰਦਾਰ ਮਹਿੰਦਰਪਾਲ ਜੀ ਲੂੰਬਾ ਅਤੇ ਹੋਰ ਵੀ ਪਤਵੰਤੇ ਸੱਜਣ ਇੱਥੇ ਪਹੁੰਚੇ ਆ ਉਹਨਾਂ ਦਾ, ਵੀ ਜਿਨ੍ਹਾਂ ਨੇ ਇਹ ਕਰੋਨਾ ਮਹਾਂਮਾਰੀ ਦੇ ਦੌਰਾਨ ਜੋ ਅੱਜ ਖੂਨ ਦੀ ਕਮੀ ਮਹਿਸੂਸ ਨੂੰ ਹੁੰਦੇ ਹੋਏ ਅੱਜ ਕੀਤੀ ਆ, ਉਹਦਾ ਕਰਕੇ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਇਸ ਕਰਕੇ ਵੀ ਅੱਜ ਵੱਧ ਤੋਂ ਵੱਧ ਇੱਥੇ ਖੂਨਦਾਨ ਕੈਂਪ ਲੋਕ ਆ ਰਹੇ ਆ ਤਾਂ ਕਿ ਕਰੋਨਾ ਮਹਾਂਮਾਰੀ ਨੂੰ ਨਜਿੱਠਣ ਵਾਸਤੇ ਖੂਨ ਦੀ ਜਿੱਥੇ ਬਹੁਤ ਘਾਟ ਹੈ ਉਹ ਘਾਟ ਨੂੰ ਪੂਰਾ ਕੀਤਾ ਜਾਵੇ। ਪਿੰਡਾਂ ਦੇ ਵਿੱਚ ਜ਼ਿਆਦਾ ਨਸ਼ਾ ਵੱਧ ਰਿਹਾ, ਤੁਹਾਡੇ ਪਿੰਡ ਦੇ ਵਿੱਚ ਕੋਈ ਨੌਜਵਾਨ ਹੈ ਜੀ ਨਸ਼ੇ ਦੇ ਪੀੜਤ ਕੋਈ, ਜਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਪਹਿਲਾਂ ਤੋਂ ਹੀ ਸਾਰੇ ਜੋ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਵੈ ਨਸ਼ੇ ਖਿਲਾਫ਼, ਸੰਦੇਸ਼ ਇਹੀ ਹੈ ਵੀ ਉਹ ਨਸ਼ਾ ਬਈ ਨਾ ਕਰਨ, ਵੱਧ ਤੋਂ ਵੱਧ ਆਪਦੀ ਸਿਹਤ ਦਾ ਖਿਆਲ ਰੱਖਣ। ਨਸ਼ਾ ਇੱਕ ਲਾਹਨਤ ਹੈ, ਲਾਹਨਤ ਨੂੰ ਲੈ ਕੇ ਜੋ ਵੀ ਆਪਣੇ ਪਰਿਵਾਰ ਬਰਬਾਦ ਹੋ ਰਹੇ ਹੈ ਉਹ ਲਾਹਨਤਾਂ ਤੋਂ ਬਚਿਆ ਜਾ ਸਕੇ। ਇਸ ਉਪਰੰਤ ਰੂਰਲ ਐਨ ਜੀ ਓ ਦੇ ਮਹਿੰਦਰਪਾਲ ਲੂੰਬਾ ਨੇ ਬੋਲਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਜੋ ਸਰਕਾਰੀ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਆ ਚੁੱਕੀ ਹੈ, ਸੋ ਇਹਦੇ ਤਹਿਤ ਸਾਡੀ ਸੰਸਥਾ ਜ਼ਿਲ੍ਹਾ ਰੂਰਲ ਐਨ ਜੀ ਓ ਕਲੱਬ ਐਸੋਸੀਏਸ਼ਨ ਮੋਗਾ ਵੱਲੋਂ ਪਿਛਲੇ 4 ਮਹੀਨਿਆਂ ਦੇ ਦੌਰਾਨ ਇਹ 8ਵਾਂ ਕੈਂਪ ਜਿਹੜਾ ਲਾਇਆ ਜਾ ਰਿਹਾ, ਇਸ ਪਿੰਡ ਦੇ ਵਿੱਚ ਇਹ 7ਵਾਂ ਕੈਂਪ ਲੱਗ ਰਿਹਾ। ਸੋ ਸਾਡਾ ਪਿੰਡ ਜਿਹੜਾ ਦੁਸਾਂਝ ਹੈ ਖੂਨਦਾਨੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ, ਕਿਉਂਕਿ ਅਸੀਂ ਤਕਰੀਬਨ ਹਰ ਸਾਲ ਬਾਅਦ ਖੂਨਦਾਨ ਕੈਂਪ ਜ਼ਰੂਰ ਲਾਉਂਦੇ ਹਾਂ, ਇੱਕ ਤਿਆਰ ਜ਼ਰੂਰ 2 ਸਾਲ ਬਾਅਦ ਲਾ ਰਹੇ ਹਾਂ। ਸੋ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਜਿਹੜਾ ਵੱਖ ਵੱਖ ਬਲਾਕਾਂ ਦੇ ਵਿੱਚ ਸਾਡੀ ਸੰਸਥਾ ਵੱਲੋਂ ਖੂਨਦਾਨ ਕੈਂਪ ਲਾਏ ਜਾ ਚੁੱਕੇ ਆ, ਜਿਸ ਤਰ੍ਹਾਂ ਬਾਘਾ ਪੁਰਾਣਾ ਦੇ ਵਿੱਚ 3 ਕੈਂਪ ਲੱਗ ਚੁੱਕੇ ਆ, ਨਿਹਾਲ ਸਿੰਘ ਵਾਲਾ ਦੇ ਵਿੱਚ 1 ਲੱਗ ਚੁੱਕਿਆ, ਧਰਮਕੋਟ ਦੇ ਵਿੱਚ ਵੀ 1 ਲੱਗ ਚੁੱਕਿਆ, ਮੋਗਾ 2 ਦੇ ਵਿੱਚ ਵੀ 1 ਲੱਗ ਚੁੱਕਿਆ ਔਰ ਅੱਜ ਮੋਗਾ 1 ਦੇ ਵਿੱਚ ਵੀ ਪਹਿਲਾ ਕੈਂਪ ਜਿਹੜਾ ਅਸੀਂ ਲਾਇਆ। ਸੋ ਇਸ ਤਰ੍ਹਾਂ 7-8 ਕੈਂਪ ਜਿਹੜੇ ਹੈਗੇ ਆ ਅਸੀਂ ਕਰੋਨਾ ਮਹਾਂਮਾਰੀ ਦੇ ਦੌਰਾਨ ਜਿਹੜਾ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਲਾਏ ਆ। ਸੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਅਪੀਲ ਕੀਤੀ ਗਈ ਸੀ, ਸੋ ਪਿਛਲਾ ਮਹੀਨਾ ਜਿਹੜਾ ਖੂਨਦਾਨੀ ਮਹੀਨਾ ਮਨਾਇਆ ਗਿਆ ਸੀਗਾ 14 ਜੂਨ ਤੋਂ ਲੈ ਕੇ 14 ਜੁਲਾਈ ਤੱਕ, ਉਸ ਦੌਰਾਨ ਸਾਡੇ ਦਲ ਵੱਲੋਂ ਜਿਹੜਾ ਹੈਗਾ 4 ਕੈਂਪ ਲਾਏ ਗਏ ਸੀ ਡੀ ਸੀ ਸਾਹਿਬ ਦੇ ਕਹਿਣ 'ਤੇ। ਸੋ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਅਸੀਂ ਲਗਾਤਾਰ ਤਤਪਰ ਹਾਂ ਅਤੇ ਨੌਜਵਾਨਾਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ ਕਿ ਜਿਹੜੇ ਲੋਕ ਤੰਦਰੁਸਤ ਹੈ 18 ਤੋਂ 65 ਸਾਲ ਦੀ ਉਮਰ ਦੇ ਤੰਦਰੁਸਤ ਵਿਅਕਤੀ ਜਿਨ੍ਹਾਂ ਦਾ ਭਾਰ ਜਿਹੜਾ 45 ਕਿਲੋ ਤੋਂ ਉੱਪਰ ਹੈ ਉਹ ਲਗਾਤਾਰ ਖੂਨਦਾਨ ਕਰਨ ਦੀ ਆਦਤ ਪਾਉਣ, ਕਿਉਂਕਿ ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ। ਸੋ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਮਨੁੱਖ ਨੂੰ ਹੀ ਜਿਹੜਾ ਅੱਗੇ ਆਉਣਾ ਪੈਂਦਾ। ਕਿੰਨਾ ਯੂਨਿਟ ਟੀਚਾ ਰੱਖੇ ਜਾਂਦੇ? ਸੋ ਅੱਜ ਦੇ ਕੈਂਪ ਦਾ ਸਾਡਾ 100 ਯੂਨਿਟ ਦਾ ਟੀਚਾ ਹੈਗਾ ਜੀ, ਅਤੇ ਉਮੀਦ ਹੈ ਕਿ ਵੀ ਅਸੀਂ ਇਹ ਟੀਚਾ ਪ੍ਰਾਪਤ ਕਰ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।